ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਪਹਿਲਾਂ ਤੋਂ ਹੀ ਮਤਲਬ ਦੋਸਤ ਨੇ, ਕਰੀਬੀ ਦੋਸਤ ਨੇ, ਇਸ ਕਰਕੇ ਉਹ ਆਪ ਸਿਆਸਤ ਦੇ ਵਿੱਚ, ਉਹ ਕਹਿੰਦੇ ਮੇਰਾ ਦੋਸਤ ਵੀ ਸਿਆਸਤ ਜਾਵੇ ਤਾਂ ਮੈਨੂੰ ਫਿਰ ਸਵਾਦ ਹੈ ਜਿੱਤ 100% ਜੀ। ਬਾਕੀ ਬਾਬਾ ਫਰੀਦ ਜੀ ਦੀ ਕਿਰਪਾ ਦੇ ਨਾਲ ਅਸੀਂ ਦੁਆ ਵੀ ਕਰਦੇ ਹਾਂ ਅਤੇ ਸਾਨੂੰ ਵਿਸ਼ਵਾਸ ਵੀ ਆ, ਸਾਡੇ ਵੀਰ ਸਾਰੇ ਜਲਾਲ ਦੇ ਖੜ੍ਹੇ ਨੇ ਉਹਦੇ ਨਾਨਕੇ ਪਿੰਡ ਤੋਂ, ਅਸੀਂ ਅਰਦਾਸ ਵੀ ਕਰਦੇ ਬਾਬਿਆਂ ਕਿ ਸਾਨੂੰ ਉਮੀਦ ਵੀ ਆ ਵੀ ਮਤਲਬ 100-101% ਮਤਲਬ ਜਿੱਤਣਗੇ। ਤੁਹਾਨੂੰ ਮੋਲ ਦਾ ਸਭ ਤੋਂ ਨਾ ਜੇ ਸੋਚੀਏ ਪੜ੍ਹਾਈ ਵੱਲ ਤਾਂ ਸੀਗੇ ਸੀਗਾ ਅਤੇ ਨਾਲ ਉਹਨੂੰ ਗਾਇਕੀ ਦੇ ਵਿੱਚ ਵੀ ਮਤਲਬ ਤੁਹਾਨੂੰ ਪਤਾ ਹੀ ਹੋਣਾ, ਮੇਰੇ ਚਾਚਾ ਜੀ ਸ਼੍ਰੀ ਕੁਲਦੀਪ ਮਾਣਕ ਜੀ ਉਹਨਾਂ ਤੋਂ ਬਰਾਤ ਉਹ ਗਾਇਕੀ ਵੱਲ ਵੀ ਸੀਗੇ। ਵੀ ਆਪਾਂ ਗਰੀਬ ਬੱਚਿਆਂ ਦੀ ਖਾਤਰ ਨਾ ਮਿੰਨੀ ਮੈਰਿਜ ਪੈਲਸ ਬਣਾਉਣਾ ਵਿਆਹਾਂ ਵਾਸਤੇ, ਇਹ ਕਹਿੰਦਾ ਚਲੋ ਲਾ ਲੈਂਦੇ ਹਾਂ। ਇਹਨਾਂ ਨੇ ਜਦੋਂ ਪਹਿਲੀ ਰਿੰਗ 'ਤੇ ਫੋਨ ਚੱਕਿਆ ਕਰਮਜੀਤ ਨੇ, ਇਹ ਕਹਿੰਦਾ ਵੀ ਮੈਂ ਸੀਐਮ ਸਾਹਿਬ ਦੇ ਨਾਲ ਹੀ ਹਾਂ, ਦੱਸੋ ਕੀ ਮੰਗਾਂ। ਕਰਮਜੀਤ ਅਨਮੋਲ ਦੇ ਟਿੱਲਾ ਬਾਬਾ ਸ਼ੇਖ ਫਰੀਦ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਮਾਮਾ ਜੀ ਦੇ ਲੜਕਾ ਪਹੁੰਚੇ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ। ਸਾਰਿਆਂ ਨੂੰ ਜੀ, ਸਾਰੇ ਆਪਣੇ ਪੰਜਾਬ ਦੇ ਜਿੰਨੇ ਵੀ ਹੈਗੇ ਆਪਣੇ ਸਾਰਿਆਂ ਨੂੰ ਮੁਬਾਰਕਾਂ ਕਰਮਜੀਤ ਅਨਮੋਲ ਵੱਲੋਂ, ਸਾਡੇ ਜਲਾਲ ਪਰਿਵਾਰ ਵੱਲੋਂ। ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਪਹਿਲਾਂ ਕਲਾਕਾਰ ਸੀਗਾ, ਫਿਰ ਫਿਲਮੀ ਕਲਾਕਾਰ ਅਤੇ ਹੁਣ ਸਿਆਸਤ ਦੇ ਵਿੱਚ ਆ ਗਏ? ਖੁਸ਼ੀ ਦੀ ਤਾਂ ਕੋਈ ਹੱਦ ਹੀ ਨਹੀਂ ਹੈ ਜੀ, ਬਹੁਤ ਜ਼ਿਆਦਾ ਸਾਨੂੰ ਪ੍ਰਾਊਡ ਹੈ। ਸਾਡਾ ਛੋਟਾ ਵੀਰ ਹੈ, ਸਾਡੇ ਭੂਆ ਜੀ ਦਾ ਲੜਕਾ ਹੈ, ਇਦੂ ਵਧੀਆ ਮਤਲਬ ਪਹਿਲਾਂ ਤਾਂ ਸੀਗਾ ਫਿਲਮਾਂ 'ਤੇ, ਤੁਹਾਨੂੰ ਪਤਾ ਹੀ ਹੈ, ਅਤੇ ਹੁਣ ਜਦੋਂ ਸਿਆਸਤ ਦੇ ਵਿੱਚ ਆ ਗਿਆ ਤਾਂ ਹੁਣ ਉਦੋਂ ਵੀ ਵੱਧ ਸਾਨੂੰ ਪਤਾ ਲੋਕ ਬਹੁਤ ਜ਼ਿਆਦਾ ਸਾਥ ਦੇਣਗੇ, ਸਾਨੂੰ ਉਮੀਦਾਂ ਬਹੁਤ ਨੇ ਲੋਕ। ਹਾਲਾਂਕਿ ਤੁਹਾਡਾ ਜ਼ਿਲ੍ਹਾ ਬਠਿੰਡਾ ਹੈ ਅਤੇ ਪਰ ਹਲਕਾ ਤੁਹਾਡਾ ਵੀ ਆਉਂਦਾ ਲੋਕ ਸਭਾ ਦੇ ਵਿੱਚ? ਹਾਂਜੀ ਹਾਂ, ਫਰੀਦਕੋਟ ਹਲਕਾ ਸਾਨੂੰ, ਜ਼ਿਲ੍ਹਾ ਤਾਂ ਬਠਿੰਡਾ ਹੀ ਹੈ ਸਾਡਾ, ਇਹਨਾਂ ਦਾ ਜ਼ਿਲ੍ਹਾ ਸੰਗਰੂਰ ਹੈ ਅਤੇ ਫਰੀਦਕੋਟ ਤੋਂ ਲੋਕਾਂ ਨੇ ਮਤਲਬ ਪਿਆਰ ਸਤਿਕਾਰ ਨਾਲ ਬਤੇ, ਕਹਿੰਦੇ ਵੀ ਇੱਥੇ ਟਿਕਟ ਦਿਓ, ਅਸੀਂ ਇਹਨੂੰ ਜਿਤਾਵਾਂਗੇ। ਨਹੀਂ, ਮਨ ਦੇ ਵਿੱਚ ਕਿਤੇ ਸੋਚਿਆ ਸੀਗਾ ਵੀ ਕਰਮਜੀਤ ਅਨਮੋਲ ਚਲੋ ਕਲਾਕਾਰ ਬਣ ਗਿਆ, ਤੁਹਾਨੂੰ ਸੈਲੀਬ੍ਰਿਟੀ ਹੈਗਾ, ਤੁਹਾਡਾ ਨਾਮ ਵੀ ਕਿਤੇ ਨਾ ਕਿਤੇ ਰੋਸ਼ਨ ਕੀਤਾ ਅਤੇ ਸਿਆਸਤ ਦੇ ਵਿੱਚ ਆਊਗਾ? ਨਹੀਂ ਜੀ, ਕਦੇ ਐਵੇਂ ਝੂਠ ਬੋਲੀ ਇਹਦੇ ਬਾਰੇ ਕੋਈ ਨਹੀਂ ਸੀ ਸਿਆਸਤ ਦੇ ਵਿੱਚ ਆਉਣਗੇ, ਪਰ ਇਹ ਆਪਣੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਪਹਿਲਾਂ ਤੋਂ ਹੀ ਮਤਲਬ ਦੋਸਤ ਨੇ, ਕਰੀਬੀ ਦੋਸਤ ਨੇ, ਇਸ ਕਰਕੇ ਉਹ ਆਪ ਸਿਆਸਤ ਦੇ ਵਿੱਚ, ਉਹ ਕਹਿੰਦੇ ਮੇਰਾ ਦੋਸਤ ਵੀ ਸਿਆਸਤ ਜਾਵੇ ਤਾਂ ਮੈਨੂੰ ਫਿਰ ਸਵਾਦ ਹੈ। ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਫਿਰ? ਹਾਂਜੀ ਬਿਲਕੁਲ ਹੁੰਦੀ ਰਹਿੰਦੀ ਹੈ। ਹਾਂਜੀ ਹਾਂਜੀ। ਕਿਵੇਂ ਲੱਗਦਾ ਜਿੱਤ ਹਾਸਲ ਹੋਊ ਫਿਰ? ਜਿੱਤ 100% ਜੀ। ਬਾਕੀ ਬਾਬਾ ਫਰੀਦ ਜੀ ਦੀ ਕਿਰਪਾ ਦੇ ਨਾਲ ਅਸੀਂ ਦੁਆ ਵੀ ਕਰਦੇ ਹਾਂ ਅਤੇ ਸਾਨੂੰ ਵਿਸ਼ਵਾਸ ਵੀ ਆ, ਸਾਡੇ ਵੀਰ ਸਾਰੇ ਜਲਾਲ ਦੇ ਖੜ੍ਹੇ ਨੇ ਉਹਦੇ ਨਾਨਕੇ ਪਿੰਡ ਤੋਂ, ਅਸੀਂ ਅਰਦਾਸ ਵੀ ਕਰਦੇ ਬਾਬਿਆਂ ਕਿ ਸਾਨੂੰ ਉਮੀਦ ਵੀ ਆ ਵੀ ਮਤਲਬ 100-101% ਮਤਲਬ ਜਿੱਤਣਗੇ। ਨਿੱਕੇ ਹੁੰਦੇ ਇਕੱਠੇ ਤੁਸੀਂ ਗੱਲਾਂ ਵੀ ਕਰਦੇ ਹੋਵੋਗੇ, ਇਕੱਠੇ ਰਹਿੰਦੇ ਹੋਵੋਗੇ, ਕਿਹੜੀਆਂ ਕਿਹੜੀਆਂ ਗੱਲਾਂ ਤੁਹਾਨੂੰ ਅੱਜ ਜਿਹੜੀ ਯਾਦ ਹੈ ਅਨਮੋਲ ਦੀ, ਕੋਈ ਖਾਸ ਗੱਲ ਹੈ? ਅਨਮੋਲ ਦਾ ਸਭ ਤੋਂ ਨਾ ਜੇ ਸੋਚੀਏ ਪੜ੍ਹਾਈ ਵੱਲ ਤਾਂ ਸੀਗਾ ਅਤੇ ਨਾਲ ਉਹਨੂੰ ਗਾਇਕੀ ਦੇ ਵਿੱਚ ਵੀ ਮਤਲਬ ਤੁਹਾਨੂੰ ਪਤਾ ਹੀ ਹੋਣਾ, ਮੇਰੇ ਚਾਚਾ ਜੀ ਸ਼੍ਰੀ ਕੁਲਦੀਪ ਮਾਣਕ ਜੀ ਉਹਨਾਂ ਤੋਂ ਬਰਾਤ ਉਹ ਗਾਇਕੀ ਵੱਲ ਵੀ ਸੀਗੇ। ਉਹ ਛੋਟੇ ਹੁੰਦੇ ਸਕੂਲ ਦੇ ਵਿੱਚ ਚਾਚਾ ਜੀ ਦਾ ਗੀਤ ਜ਼ਿਆਦਾ ਗਾਉਂਦੇ ਹੁੰਦੇ ਸੀ, ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ, ਇਹ ਗੀਤ ਗਾਉਂਦੇ, ਸਾਨੂੰ ਉਦੋਂ ਤੋਂ ਐਂ ਲੱਗਦਾ ਸੀ ਵੀ ਗਾਉਣ ਵਾਲਾ ਤਾਂ ਬਣੂੰਗਾ ਜੀ। ਤੁਸੀਂ ਵੀ ਗਾਉਣੇ ਕਿ ਨਹੀਂ? ਨਹੀਂ ਜੀ, ਮੈਂ ਮਤਲਬ ਪ੍ਰੈਕਟਿਸ ਕਰਦਾ, ਡਾਕਟਰ ਹੈ ਅਤੇ ਗਾਉਂਦਾ ਮੈਂ ਵੀ। ਬਾਕੀ ਸਾਡੇ ਬਲੱਡ ਦੇ ਵਿੱਚ ਤਾਂ ਹੁੰਦਾ ਹੀ ਹੈ, ਬਾਬੇ ਮਰਦਾਨ ਨੇ ਕਿਹਾ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਮਤਲਬ ਗਾਇਕੀ ਤਾਂ ਹੁੰਦੀ ਹੈ ਜੀ। ਕੋਈ ਵੀ ਜਦੋਂ ਆਦਮੀ ਕਲਾਕਾਰ ਜਾਂ ਕੋਈ ਵੀ ਹਾਈਲਾਈਟ ਹੋਵੇ ਨਾ, ਉਹਨੂੰ ਨਾਲ ਅਗਲਾ ਹਰੇਕ ਹੀ ਜੋੜ ਦਿੰਦਾ ਵੀ ਯਾਰ ਵੀ ਇਹ ਮੇਰਾ ਮਾਮਾ ਲੱਗਦਾ, ਇਹ ਮੇਰਾ ਮਾਸੜ ਲੱਗਦਾ, ਕੁਛ ਵੀ ਹੈ। ਕੁਲਦੀਪ ਮਾਣਕ ਹੈ, ਪੂਰੀ ਸੈਲੀਬ੍ਰਿਟੀ ਸੀਗੀ, ਪੂਰੀ ਦੁਨੀਆਂ ਦੇ ਵਿੱਚ ਉਹਨਾਂ ਦੀ ਚਰਚਾ ਸੀਗਾ ਅਤੇ ਪਰ ਕਰਮਜੀਤ ਅਨਮੋਲ ਨੇ ਇੱਕ ਵਾਰ ਵੀ ਇਹ ਨਾਮ ਨਹੀਂ ਲਿਆ ਕਿ ਮੈਂ ਜਾਂ ਆਪਣਾ ਕੁਲਦੀਪ ਮਾਣਕ ਦਾ ਭਾਂਜਾ। ਇਸ ਗੱਲ ਦੇ ਨਾਲ ਪਹਿਲਾਂ ਸਾਨੂੰ ਵੀ ਸਹੀ ਗੱਲ ਤੁਹਾਨੂੰ ਦੱਸਦਾ, ਸਾਨੂੰ ਇਸ ਗੱਲ ਦਾ ਰੋਸ ਸੀਗਾ ਅਤੇ ਪਰ ਸਾਨੂੰ ਬਲੱਡ ਹੁੰਦਾ, ਸਾਡੇ ਨੂੰ ਪਤਾ ਸੀ ਨਾ ਵੀ ਸਾਡੀ ਭੂਆ ਦਾ ਲੜਕਾ ਹੈਗਾ ਇਹ, ਹੈ ਨਾ, ਅਤੇ ਬਾਕੀ ਇਹ ਚਾਚਾ ਜੀ ਦਾ ਨਾਮ ਵੈਸੇ ਲੈਂਦਾ ਰਿਹਾ ਵੀ ਹਾਂ ਵੀ ਮੈਂ ਮਤਲਬ ਵੀ ਉਹਨਾਂ ਦਾ ਭਾਣਜਾ। ਹੋਰ ਵੀ ਗੱਲਬਾਤ ਕਰਦੇ, ਤੁਹਾਡਾ ਕੀ ਨਾਂ ਜੀ, ਤੁਸੀਂ ਪਹੁੰਚੇ ਹਾਂ, ਤੁਸੀਂ ਵੀ ਰਾਮਪੁਰਾ ਤੋਂ? ਮੈਂ ਜੀ, ਹਾਂਜੀ, ਪਿੰਡ ਜਲਾਲ ਤੋਂ ਹਾਂ ਜੀ, ਅਤੇ ਕਰਮਜੀਤ ਅਨਮੋਲ ਮੇਰੇ ਬਹੁਤ ਵਧੀਆ ਦੋਸਤ ਹੈ, ਇਕੱਠੇ ਅਸੀਂ ਕਲਾਸ ਪਹਿਲਾਂ ਪੜ੍ਹਦੇ ਰਹੇ ਹਾਂ। ਆਪਾਂ ਜੀ ਇੱਥੇ ਅਮਰਜੀਤ ਸੀਗਾ ਜੀ, ਉਹ ਵੀ ਇਕੱਠੇ ਸਾਰੇ ਬਹੁਤ ਵਧੀਆ ਪਿਆਰ ਨਾਲ ਰਹਿੰਦੇ ਸੀ, ਅਤੇ ਸਕੂਲ ਟਾਈਮ 'ਤੇ ਮੈਂ ਉਸ ਟਾਈਮ ਕੁਲਦੀਪ ਮਾਣਕ ਜੀ ਦੇ ਇਹਨਾਂ ਦੇ ਨਾਲ ਗੀਤ ਵੀ ਬਹੁਤ ਵਧੀਆ ਗਾਉਂਦਾ ਹੁੰਦਾ ਸੀ, ਜਿਵੇਂ ਭਗਤ ਸਿੰਘ ਸੂਰਮੇ ਦੀਆਂ ਵਾਰਾਂ,
ਜਾਂ ਮਾਂ ਹੁੰਦੀ ਹੈ ਮਾਂ, ਹੋਰ ਵੀ ਬਹੁਤ ਵਧੀਆ ਉਹਨਾਂ ਦੇ ਜਿਹੜੇ ਪੁਰਾਣੇ ਸੌਂਗ ਬਹੁਤ ਵਧੀਆ ਸੀ ਗਾਉਂਦੇ ਸੀ, ਅਤੇ ਮੇਰਾ ਗਲਾ ਜਿਹਾ ਖਰਾਬ ਹੋਣ ਕਰਕੇ ਖਾਸ ਯਾਦਗਾਰ ਹੈ ਉਦੋਂ ਦੀ ਯਾਦਗਾਰ ਜੀ, ਖਾਸ ਯਾਦਗਾਰਾਂ ਤਾਂ ਹੁਣ ਤਾਂ ਬਹੁਤ ਹੈ ਜੀ, ਪਰ ਥੋੜ੍ਹੇ ਜਿਹੇ ਦਿਨਾਂ ਤੋਂ ਕੋਈ ਗੱਲ ਹੈ, ਮਹੀਨੇ ਕੁ ਦੀ ਗੱਲ ਹੈ, ਅਸੀਂ ਚਾਚਾ ਜੀ ਕੋਲ ਬੈਠੇ ਸੀ ਡਾਕਟਰ ਦਲਬਾਗ ਬਾਗੀ ਜੀ ਕੋਲ, ਮੈਂ ਇਹਨਾਂ ਨੂੰ ਆਖਿਆ ਕਰਮਜੀਤ ਨੂੰ ਫੋਨ ਲਾਓ, ਇਹ ਕਹਿੰਦੇ ਵੀ ਕੀ ਮੰਗ ਕੀ ਹੈ, ਮੈਂ ਵੀ ਆਪਾਂ ਗਰੀਬ ਬੱਚਿਆਂ ਦੀ ਖਾਤਰ ਨਾ ਮਿੰਨੀ ਮੈਰਿਜ ਪੈਲਸ ਬਣਾਉਣਾ ਵਿਆਹ ਵਾਸਤੇ, ਇਹ ਕਹਿੰਦਾ ਚਲੋ ਲਾ ਲੈਂਦੇ ਹਾਂ, ਇਹਨਾਂ ਨੇ ਜਦੋਂ ਪਹਿਲੀ ਰੰਗ 'ਤੇ ਫੋਨ ਚੱਕਿਆ ਕਰਮਜੀਤ ਨੇ, ਇਹ ਕਹਿੰਦਾ ਵੀ ਮੈਂ ਸੀ ਐੱਮ ਸਾਹਿਬ ਦੇ ਨਾਲ ਹੀ ਹਾਂ, ਦੱਸੋ ਕੀ ਕੀ ਮੰਗਾਂ, ਮੈਂ ਜੀ ਇੱਕ ਤਾਂ ਮਿੰਨੀ ਪੈਲਸ ਬਣਾਉਣਾ ਚੌੜ ਚੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਕਹਿੰਦਾ ਬਣ ਗਿਆ, ਮੈਂ ਕਿਹਾ ਜੀ ਐਂ ਕਿਵੇਂ ਗੱਲ ਨਾ ਬਣ ਗਿਆ, ਉਸ ਤੋਂ ਬਾਅਦ ਮੈਂ ਸਾਡੇ ਹਲਕੇ ਦੇ ਐੱਮ ਐੱਲ ਏ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਨੂੰ, ਕਰਮਜੀਤ ਕਹਿੰਦਾ ਬਣ ਗਿਆ, ਹਾਂਜੀ ਕਹਿੰਦਾ ਸੀ ਐੱਮ ਸਾਹਿਬ ਤੋਂ ਹੋ ਗਿਆ, ਬਸ ਮੇਰੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਮੈਂ ਮੇਰੇ ਨਾਲ ਦੋਸਤ ਮਿੱਤਰ ਇਹਨਾਂ ਨੂੰ ਦੱਸਿਆ ਵੀ ਚਾਚਾ ਜੀ ਨੇ ਕਹਿ ਕੇ ਕਰਵਾ ਤਾ, ਕਹਿੰਦੇ ਐਂ ਕਿੱਥੋਂ ਹੋ ਗਿਆ, ਅਤੇ ਸੁਬਹਾ ਨੂੰ ਬੀ ਡੀ ਓ ਬਲਾਕ ਦੇ ਅਫਸਰ ਸਾਹਿਬਾਨ ਉੱਥੇ ਆਏ, ਜਗ੍ਹਾ ਮਿਣਤੀ ਗਿਣਤੀ ਕਰਕੇ ਅਸੀਂ ਜਗ੍ਹਾ ਦੱਸੀ, ਉਹ ਕਹਿੰਦੇ ਵੀ ਤੁਹਾਡਾ ਭਾਈ ਐਸਟੀਮੇਟ ਭੇਜਤਾ ਅਤੇ ਹੁਣ ਛੇਤੀ ਤੋਂ ਛੇਤੀ ਪੈਸੇ ਪਵਾਉਣੀ ਤੁਹਾਡੀ ਜ਼ਿੰਮੇਵਾਰੀ ਹੈ, ਮੈਂ ਕੋਈ ਗੱਲ ਨਹੀਂ ਹੁਣ ਪੈਸੇ ਵੀ ਆ ਜਾਣਗੇ, ਹੁਣ ਲੋਕ ਸਭਾ ਦਾ ਮੈਂਬਰ ਬਣ ਗਿਆ ਫਿਰ ਤਾਂ ਪਤਾ ਨਹੀਂ ਕੀ ਕੁਛ ਬਣਾ ਲਓਗੇ, ਫਿਰ ਤਾਂ ਸਾਨੂੰ ਬਾਹਲੀਆਂ ਆਸਾਂ ਜੀ, ਫਿਰ ਤਾਂ ਪੂਰੀਆਂ ਉਮੀਦਾਂ, ਕਿਉਂਕਿ ਇੱਕ ਦੋਸਤ ਤੋਂ ਦੋਸਤ ਤੌਰ 'ਤੇ ਵੀ ਹੈ ਅਤੇ ਬਾਕੀ ਜਦੋਂ ਅਸੀਂ ਐੱਮ ਪੀ ਬਣਾ ਲਿਆ ਫਿਰ ਤਾਂ ਸਾਨੂੰ ਪਤਾ ਵੀ ਜਿਵੇਂ ਮਰਜ਼ੀ ਸਾਰੇ ਇਲਾਕੇ ਵਾਸਤੇ ਪੂਰੀਆਂ ਖੁੱਲ੍ਹ ਕੇ ਤਰੱਕੀ ਵਾਸਤੇ ਇਲਾਕੇ ਦੀ ਤਰੱਕੀ ਵਾਸਤੇ ਅਸੀਂ ਬਾਈ ਨੂੰ ਬੇਨਤੀ ਕਰਾਂਗੇ, ਅਤੇ ਸਾਨੂੰ ਪਤਾ ਵੀ ਬਾਈ ਸਾਨੂੰ ਜਵਾਬ ਨਹੀਂ ਦਿੰਦਾ, ਕਿਉਂਕਿ ਅੱਗੇ ਵੀ ਸਾਡੀ ਗੱਲ ਜਦੋਂ ਹੁੰਦੀ ਆ ਫੋਨ 'ਤੇ ਪਹਿਲੀ ਰਿੰਗ 'ਤੇ, ਜੇ ਆਪ ਵੀ ਕਿਸੇ ਸ਼ੋਅ 'ਤੇ ਵੀ ਹੁਣ ਭਾਵੇਂ ਕੈਨੇਡਾ ਹੋਣ ਕਿਤੇ ਵੀ ਹੁਣ ਨਾਲ ਦੀ ਨਾਲ ਉਹਦੀ ਫੋਨ ਚੱਕ ਕੇ ਕਹਿੰਦੇ ਆ ਉਹ ਮਨਜੀਤ ਯਾਰ ਬਾਈ ਇੱਧਰ ਸੀਗੇ ਹੁਣ ਦੱਸ ਵਿਹਲੇ ਆ ਕੀ ਗੱਲ ਕਰਨੀ ਹੈ, ਫਿਰ ਪਿਆਰ ਨਾਲ ਪੂਰੀ ਗੱਲਬਾਤ ਰਾਮਪੁਰਾ ਹਲਕੇ ਦੇ ਵਿੱਚ ਜ਼ਿੰਮੇਵਾਰੀ ਤੁਹਾਡੀ ਵੀ ਵੱਧ ਜਾਣੀ ਹੈ। ਹਾਂਜੀ ਹਾਂਜੀ ਬਿਲਕੁਲ 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 ਜ਼ਿੰਮੇਵਾਰੀ ਤੁਹਾਨੂੰ ਪਤਾ ਜਦੋਂ ਕੋਈ ਵੀ ਆਪਣੇ ਇਹ ਤਾਂ ਘਰ ਦਾ ਨੁਮਾਇੰਦਾ ਹੈ, ਜੇ ਆਪਣੇ ਗੁਆਂਢ ਦਾ ਵੀ ਜਾਂ ਵੀ ਹੋਵੇ ਜੇ ਗੁਆਂਢੀ ਪਿੰਡ ਦਾ ਵੀ ਹੋਵੇ ਤਾਂ ਵੀ ਆਪਾਂ ਨੂੰ ਮਤਲਬ ਜ਼ਿੰਮੇਵਾਰੀ ਹੋ ਜਾਂਦੀ ਹੈ, ਅਤੇ ਸਾਨੂੰ ਇਸ ਗੱਲ 'ਤੇ ਬਹੁਤ ਖੁਸ਼ੀ ਹੈ, ਸਾਨੂੰ ਲੋਕਾਂ 'ਤੇ ਵੀ ਮਾਣ ਆ ਵੀ ਮਤਲਬ ਜ਼ਰੂਰ ਜਿੱਤਾਂ ਕਹਿੰਦਾ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਕਰਮਜੀਤ ਅਨਮੋਲ ਦੇ ਮਾਮਾ ਜੀ ਦੇ ਲੜਕਾ, ਤਾਂ ਖੁਦ ਡਾਕਟਰ ਬਾਗੀ ਜੀ ਤਾਂ ਖੁਦ ਕਿਉਂਕਿ ਜਿਹੜਾ ਆਪਾਂ ਗੱਲ ਕਰਕੇ ਰਾਮਪੁਰਾ ਹਲਕੇ ਦੀ ਤਾਂ ਬਠਿੰਡੇ ਦੇ ਵਿੱਚ ਪੈਂਦਾ, ਹਾਲਾਂਕਿ ਉਹ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਆਉਂਦਾ, ਤਾਂ ਇੱਥੇ ਪਹੁੰਚੇ ਨੇ ਵਿਸ਼ੇਸ਼ ਤੌਰ 'ਤੇ, ਤਾਂ ਉਹਨਾਂ ਨੇ ਕਾਫੀ ਖੁਸ਼ੀ ਜਿਹੜੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਾਈ ਗਈ ਹੈ। ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਖੁਸ਼ੀ ਹੋਰ ਅੱਗੇ ਵੱਧਦੀ ਹੈ ਜਾਂ ਇੱਥੇ ਹੀ ਰੁਕਦੀ ਹੈ। ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।